ਕਿਹੜਾ ਘੱਗਰ ਦਾ ਮਜ਼ਬੂਤ ਕਰਾ ਲਈਏ, ਉਹਨਾਂ ਦਾ ਵੀ ਉਹਦੇ ਬਚਾਅ ਹੋਇਆ, ਸਾਡਾ ਵੀ ਬਚਾਅ। ਧੰਨਵਾਦ ਜੀ। ਸ਼ਾਦੀਪੁਰ ਮੋਮੀਆਂ ਡੇਰਾ ਝੀਲ ਦੇ ਸਾਬਕਾ ਸਰਪੰਚ ਜਗਜੀਤ ਸਿੰਘ, ਸਪੁੱਤਰ ਹਜ਼ਾਰਾ ਸਿੰਘ। ਮੁੱਖ ਮੰਤਰੀ ਸਾਹਿਬ, ਸਾਡਾ ਘੱਗਰ ਦਾ ਮਸਲਾ ਤਾਂ ਇਹ ਹੈ, ਸਾਡਾ ਬਾਦਸ਼ਾਹਪੁਰ ਸੋਨੇ ਤੋਂ ਲੈ ਕੇ ਰਸੋਲੀ ਮਹਿੰਦਰ ਤਾਈਂ 4-2 ਹੈ ਬ੍ਰਾਂਚ, ਬਿਲਕੁਲ ਡੇਡ ਹੋ ਚੁੱਕੀ ਹੈ, ਅਤੇ ਸਾਡਾ 5-7 ਪਿੰਡਾਂ ਦਾ ਪਾਣੀ ਬਹੁਤ ਜ਼ਿਆਦਾ ਮਾੜਾ ਹੈ। ਮੈਂ 10-12 ਸਾਲ ਤੋਂ ਪਹਿਲਾਂ ਤਾਂ ਲੱਗਿਆ ਹੋਇਆ, ਪਰ ਅੱਜ ਤਾਈਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਘੱਗਰ ਦਾ ਬੰਨ ਤਾਂ 4-2 ਦੀ ਰੇਜਿੰਗ ਉਹਦੀ ਦੁਆਰਾ ਕੀਤੀ ਜਾਵੇ, ਬਣਾਇਆ ਜਾਵੇ। ਕੋਈ 9 ਕਰੋੜ ਦਾ 10 ਕਰੋੜ ਦੇ ਪ੍ਰੋਜੈਕਟ ਬਣਿਆ ਹੋਇਆ, ਪ੍ਰਪੋਜ਼ਲ ਬਣਾਈ ਗਈ ਹੈ, 9 ਕਰੋੜ ਦੀ ਪ੍ਰਪੋਜ਼ਲ ਇਹਦੀ ਬਣਾਈ ਗਈ ਹੈ। ਬੇਨਤੀ ਹੈ ਕਿ ਉਹਦੇ 'ਤੇ ਧਿਆਨ ਦਿੱਤਾ ਜਾਵੇ। ਸਾਡੇ 10-12 ਪਿੰਡਾਂ ਦਾ ਬਹੁਤ ਨੁਕਸਾਨ ਹੈ, ਬਹੁਤ ਮਾੜਾ ਪਾਣੀ ਹੈ, ਪਾਣੀ ਪੀਣ ਯੋਗ ਨਹੀਂ ਹੈ। ਅਸੀਂ 4 ਕਿਲੋਮੀਟਰ ਤੋਂ ਪਾਈਪ ਲਾਈਨਾਂ ਖੜ ਕੇ ਖੇਤਾਂ ਨੂੰ ਪਾਣੀ ਲਾ ਰਹੇ ਹਾਂ, ਬਹੁਤ ਮਾੜਾ ਹੈ ਜੀ, ਬਿਲਕੁਲ ਖਰਾਬ ਪੰਜਾਬ ਵਾਲਾ। ਮਾਈਕ ਮਾਈਕ ਡੂੰਘਾ ਤਾਂ ਆਮ 250-300 ਫੁੱਟ ਵਾਲਾ ਜਿਹੜਾ ਹੈਗਾ ਹੈਗਾ ਜੀ। ਛਿਤਰਾਣੇ ਤਾਈਂ ਬਹੁਤ ਥੱਲੇ ਦਾ ਖਾਰਾ ਪਾਣੀ ਹੈ ਜੀ, ਤਾਂ ਮੈਂ ਇਸ ਚੀਜ਼ ਦੇ ਪਿੱਛੇ ਲੱਗਿਆ ਹੋਇਆ। 4-2 ਸੁਧਾਰਨਪੁਰ ਮੋਮੀਆਂ ਰਸੋਲੀ ਜੀ, ਸਿਉਨਾ ਪਿੰਡ ਜਲਾਲਪੁਰ, ਇਸਦੀ ਪ੍ਰਪੋਜ਼ਲ ਬਕਾਇਦਾ ਬਣੀ ਹੋਈ ਹੈ, ਮਹਿਕਮੇ ਕੋਲ ਬੜੀ ਬੜੀ ਅਸੀਂ ਬੇਨਤੀ ਕੀਤੀ ਹੈ, ਇਹਨਾਂ ਬਣਾਈ ਹੋਈ ਹੈ, ਬਾਕੀ ਉਹਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਬੇਨਤੀ ਹੈ ਕਿ ਨਹਿਰੀ ਪਾਣੀ ਦਾ ਧਿਆਨ ਦਿਓ। 4-2 ਤੇ ਇਹ ਸਤਲੁਜ ਦਾ ਪਾਣੀ ਹੈ ਰੱਖਿਆ ਜਿਹੜਾ ਆਉਂਦਾ ਉਹਦੇ ਚੋਏ 'ਚ, ਉਹ 9 ਕਰੋੜ ਰੁਪਏ ਦਸ ਪਿੰਡਾਂ ਦਾ ਹੈ। ਬਣਾ ਲਈ ਸਕੀਮ, ਬਣਾ ਲਈ, ਅਸੀਂ ਉਹ ਜਲਦੀ ਕਰਵਾਵਾਂਗੇ। ਸ਼ਤਰਾਣਾ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੈ ਪ੍ਰਤਾਪ ਸਿੰਘ। ਮੁੱਖ ਮੰਤਰੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਜੋ ਸਾਡੀਆਂ ਮੁਸ਼ਕਲਾਂ ਖਾਸ ਕਰਕੇ ਘੱਗਰ ਦੀ ਬੈਲਟ ਦੀ ਸੁਣਨ ਆਏ ਹੋ, ਤੁਹਾਡਾ ਇੱਥੇ ਸਾਡੇ ਹਲਕੇ ਸ਼ਤਰਾਣੇ 'ਚ ਆਉਣ 'ਤੇ ਧੰਨਵਾਦ ਵੀ। ਦੂਸਰੀ ਗੱਲ ਮਹਾਰਾਜ ਸਾਹਿਬ, ਇੱਕ ਪਿਛਲੀ ਜਦੋਂ ਆਪਣੀ ਸਰਕਾਰ ਸੀ, ਉਦੋਂ ਘੱਗਰ ਦਾ ਜਦੋਂ ਪਾਣੀ ਆਉਂਦਾ ਸੀ ਉਹ ਇੱਥੇ ਰਹਿ ਜਾਂਦਾ ਸੀ, ਅੱਗੇ ਘੱਗਰ 'ਚ ਵਾਪਸ ਨਹੀਂ ਸੀ ਜਾਂਦਾ। ਉਹਦੇ ਵਾਸਤੇ ਆਪਣੀ ਸਰਕਾਰ ਨੇ 2002 ਤੋਂ 2007 ਦੇ ਵਿੱਚ ਮਹਾਰਾਜ ਸਾਹਿਬ ਨੇ ਇੱਕ ਮੋਮੀਆਂ ਡਰੇਨ ਬਣਾਈ ਸੀ। ਮੋਮੀਆਂ ਡਰੇਨ ਦਾ ਜਿਹੜਾ ਪਾਣੀ ਹੈ ਉਹ ਫਿਰ ਅੱਗੇ ਜਾ ਕੇ ਘੱਗਰ ਦੇ ਵਿੱਚ ਹੀ ਪੈਂਦਾ ਜੀ। ਉਹ ਘੱਗਰ ਦੇ ਵਿੱਚ ਜਦੋਂ ਪੈਂਦਾ, ਜਦੋਂ ਘੱਗਰ ਜ਼ਿਆਦਾ ਫਲੱਡ ਆ ਜਾਂਦਾ, ਉਹ ਪਾਣੀ ਬਾਹਰ ਆਉਣ ਲੱਗ ਜਾਂਦਾ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ। ਉਹਦਾ ਇੱਕ ਉੱਥੇ ਕੋਈ ਇਹੋ ਜਿਹਾ ਹੱਲ ਕੀਤਾ ਗਿਆ ਜਿਹੜਾ ਪਾਣੀ ਉਹ ਕਰਦਾ ਵਾਪਸ ਨਾ ਆ। ਦੂਸਰੀ ਗੱਲ, ਸਰਪੰਚ ਸਾਹਿਬ ਨੇ ਜਿਹੜੀ ਪਾਣੀ ਦੀ ਗੱਲ ਕੀਤੀ ਹੈ, ਇਹ ਬੈਲਟ ਜਿਹੜੀ ਹੈ ਛਤਰਾਣੇ ਤੋਂ ਲੈ ਕੇ ਬਾਦਸ਼ਾਹਪੁਰ ਤੱਕ ਜਦੋਂ ਮਾਹਰ ਆਉਂਦੀ ਹੈ ਉਦੋਂ ਤਾਂ ਆਉਂਦੀ ਆਉਂਦੀ ਹੈ, ਬਾਅਦ 'ਚ ਜਦੋਂ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਨਹੀਂ ਹੈਗਾ, ਕਿਉਂਕਿ ਥੱਲੇ ਦਾ ਪਾਣੀ ਬਹੁਤ ਮਾੜਾ, ਫਸਲਾਂ ਉਹਦੇ ਨਾਲ ਵੀ ਖਰਾਬ ਹੁੰਦੀਆਂ ਨੇ। ਇਹਨਾਂ ਇੱਥੇ ਗੌਰ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਇਸ ਮੁੱਖ ਮੰਤਰੀ ਜੀ ਨੇ ਇਸ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਦੇ ਮੋਹਤਬਰਾਂ ਤੋਂ ਫੀਡਬੈਕ ਲਈ ਹੈ, ਅਤੇ ਮੁੱਖ ਮੰਤਰੀ ਜੀ ਦੀ ਬਹੁਤ ਜ਼ਰੂਰੀ ਚੰਡੀਗੜ੍ਹ ਮੀਟਿੰਗ ਹੈ, ਸੁਣਨਾ ਸਾਰਿਆਂ ਨੂੰ ਚਾਹੁੰਦੇ ਸੀ, ਪਰ ਜੋ ਤੁਹਾਡੀ ਸਾਰੀ ਉਹਨਾਂ ਨੇ ਦਿਲ ਦਿਆ ਗੱਲ ਹੈ ਉਹਨਾਂ ਨੇ ਕੋਲ ਤੁਸੀਂ ਰੱਖ ਦਿੱਤੀ ਹੈ। ਚੰਡੀਗੜ੍ਹ ਬਹੁਤ ਜ਼ਰੂਰੀ ਮੀਟਿੰਗ ਕਾਰਨ ਉਹਨਾਂ ਨੇ ਜਾਣਾ ਜੀ। ਸਰ, ਇੱਥੇ ਮੁੱਖ ਮੰਤਰੀ ਸਾਹਿਬ ਪਹੁੰਚੇ, ਸਾਡੀ ਬੇਨਤੀ ਆ ਕਿ ਬਾਦਸ਼ਾਹਪੁਰ ਵਿੱਚ ਆਏ ਹੋ, ਘੱਗਰ ਦਾ ਤਾਂ ਤੁਸੀਂ ਮਸਲਾ ਹੱਲ ਕਰਕੇ ਜਾਣਾ, ਸਾਡੀ ਮੰਡੀ ਦਾ ਜ਼ਰੂਰ ਕਰ ਦਿਓ ਜੀ। ਮੰਡੀ 'ਚ ਲੱਖ ਲੱਖ ਪਾਣੀ ਖੜਾ ਜੀ, ਉੱਚਾ ਫੜ ਕਰਨ ਵਾਲਾ,
ਤੇ ਇਹਨੂੰ ਪੱਕੀ ਕੀਤੀ ਜਾਵੇ ਜੀ। ਇੱਕ ਨਹਿਰ ਦਾ ਪਾਣੀ ਜ਼ਰੂਰ ਦੇ ਦਿਓ, ਆ ਜਾਂ ਸਾਨੂੰ ਬਾਦਸ਼ਾਹਪੁਰ ਵਾਲੀ ਮੰਡੀ ਦਾ ਤਾਂ ਜ਼ਰੂਰ ਕਰਕੇ ਜਾਓ ਜੀ। ਇੱਕ ਸਾਡੇ MLA ਸਾਹਿਬ ਨੂੰ ਮੰਤਰੀ ਜ਼ਰੂਰ ਬਣਾਓ ਜੀ, ਸਾਡਾ ਹਲਕਾ ਬਹੁਤ ਪਛੜਿਆ ਹਲਕਾ ਜੀ, ਇਹ ਜ਼ਰੂਰ ਸਾਡੀ ਬੇਨਤੀ ਹੈ ਜੀ। ਛੋਟੀ ਮੰਡੀ ਅਸੀਂ ਅੱਜ ਹੀ ਅਨਾਊਂਸ ਕਰਦੇ ਹਾਂ ਬਣੇਗੀ, ਮੈਂ ਅਗਲੀ ਫਸਲ ਤੋਂ ਪਹਿਲਾਂ ਆਇਆ। ਬਹੁਤ ਬਹੁਤ ਧੰਨਵਾਦ ਜੀ। ਮੁੱਖ ਮੰਤਰੀ ਜੀ ਨੇ ਹੁਣ ਚੰਡੀਗੜ੍ਹ ਇੱਕ ਬਹੁਤ ਜ਼ਰੂਰੀ ਮੀਟਿੰਗ 'ਤੇ ਜਾਣਾ ਹੈ, ਤੁਹਾਡਾ ਸਾਰਿਆਂ ਦਾ ਬਹੁਤ